ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਇਤਿਹਾਸਿਕ ਡਾਂਡੀ ਮਾਰਚ ਸ਼ਹੀਦ ਬਾਬੂ ਜੀ ਦੋਂਸੇਗਰ ਅਤੇ 1857 ਚ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਸ਼ਹੀਦ ਹੋਏ ਗੁਲਾਮ ਨਬੀ ਬਾਰੇ ਜਾਣਕਾਰੀ ਦੇ ਰਹੇ ਹਾਂ 6 April ਦਾ ਦਿਨ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਖਾਸ ਤੌਰ ਤੇ ਮਹੱਤਵਪੂਰਣੇ ਸਾਲ 1930 ਚ ਇਸੇ ਦਿਨ ਮਹਾਤਮਾ ਗਾਂਧੀ ਨੇ 241 ਮੀਲ ਦੀ ਪੈਦਲ ਯਾਤਰਾ ਕਰਨ ਤੋਂ ਬਾਅਦ ਗੁਜਰਾਤ ਦੇ ਡਾਂਡੀ ਪਿੰਡ ਵਿੱਚ ਮੁੱਠੀ ਪਰ ਨਮਕ ਚੁੱਕ ਕੇ ਨਮਕ ਕਾਨੂੰਨ ਤੋੜਿਆ ਸੀ ਦਾੰਡੀ ਮਾਰਚ ਤੋਂ ਨਿਕਲੀ ਚਿੰਗਾਰੀ ਨੇ ਸੁਤੰਤਰਤਾ ਅੰਦੋਲਨ ਦੀ ਮਸ਼ਾਲ ਜਲਾਈ ਅਤੇ ਵੱਡੇ ਪੱਦਰਤੇ ਨਾ ਮਿਲਵਰਤਨ ਅੰਦੋਲਨ ਦਾ ਵਿਚਾਰ ਦੇਸ਼ ਭਰ ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਿਆ। ਮਹਾਤਮਾ ਗਾਂਧੀ ਨੇ ਦਾੰਡੀ ਮਾਰਚ ਦੀ ਸ਼ੁਰੂਆਤ 13 ਮਾਰਚ 1930 ਨੂੰ ਗੁਜਰਾਤ ਦੇ ਸਾਬਰਮਤੀ ਆਸ਼ਰਮ ਤੋਂ 78 ਸਤਿਆਗ੍ਰਹੀਆਂ ਦੇ ਨਾਲ ਕੀਤੀ ਸੀ। ਉਹ ਰੋਜ਼ ਪੈਦਲ ਯਾਤਰਾ ਕਰਕੇ ਅੱਗੇ ਵੱਧਦੇ ਰਹੇ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਪੈਦਲ ਮਾਰਚ ਵਿੱਚ ਸ਼ਾਮਲ ਹਰੇਕ ਵਿਅਕਤੀ ਪ੍ਰਾਰਥਨਾ ਕਤਾਈ ਅਤੇ ਹਰ ਰੋਜ਼ ਡਾਇਰੀ ਲਿਖਣ ਦੀ ਆਸ਼ਰਮ ਦੀ ਰੁਟੀਨ ਦੀ ਪਾਲਣਾ ਕਰਦਾ ਸੀ 2041 ਮੀਲ ਲੰਮਾ ਮਾਰਚ 5 ਅਪ੍ਰੈਲ 1930 ਨੂੰ ਆਪਣੀ ਮੰਜ਼ਿਲ ਤੱਕ ਪਹੁੰਚਿਆ ਪੂਰੇ ਰਸਤੇ ਵਿੱਚ ਗਾਂਧੀ ਜੀ ਅਤੇ ਉਹਨਾਂ ਦੇ ਸਹਿਯੋਗੀ 22 ਥਾਨਾਂ ਤੇ ਰਾਤ ਦੇ ਆਰਾਮ ਲਈ ਰੁਕੇ 6 April ਨੂੰ ਡਾਂਡੀ ਦਾ ਮਾਹੌਲ ਤਣਾਅਪੂਰਨ ਪਰ ਸ਼ਾਂਤ ਸੀ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ ਗਾਂਧੀ ਜੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ગાંધીજી ਨੇ ਆਪਣੀ ਗ੍ਰਿਫਤਾਰੀ ਦੀ ਸਥਿਤੀ 'ਚ ਅਬਾਸ ਤૈયਬ ਜੀ ਅਤੇ ਉਹਨਾਂ ਤੋਂ ਬਾਅਦ ਸਰੋਜਨੀ ਨਾਇਡੂ ਨੂੰ સત્યાਗ੍ਰਹਿ ਦੀ ਅਗਵਾਈ ਲਈ ਨਾਮਜ਼ਦ ਕੀਤਾ। ਪ੍ਰਾਰਥਨਾ ਤੋਂ ਬਾਅਦ ગાંધીજી ਆਪਣੇ ਚੇਲਿਆਂ ਨਾਲ ਸਮੁੰਦਰ 'ਚ ਨਹਾਉਣ ਚਲੇ ਗਏ। ਇਸ ਤੋਂ ਬਾਅਦ ਸਵੇਰੇ 8:30 ਵਜੇ ਉਹਨਾਂ ਨੇ ਮੁਠੀ ਭਰ ਨਮਕ ਉਠਾ ਕੇ ਨਮਕ ਕਾਨੂੰਨ ਤੋੜਿਆ। ਪੂਰਾ ਰਾਸ਼ਟਰ ਉਸ ਸ਼ਾਸਨ ਦੇ ਵਿਰੁੱਧ ਉੱਠ ਖੜਾ ਹੋਇਆ ਜਿਸ ਨੂੰ ਗਾਂਧੀ ਜੀ ਨੇ ਗੁੰਡਾ ਰਾਜ ਕਿਹਾ ਸੀ ਲੱਖਾਂ ਲੋਕਾਂ ਨੇ ਨਮਕ ਕਾਨੂੰਨ ਤੋੜਿਆ ਤੇ ਗ੍ਰਿਫਤਾਰੀ ਦਿੱਤੀ ਹਰ ਜਗ੍ਹਾ ਨਮਕ ਡੀਪੂ ਤੇ ਛਾਪੇ ਮਾਰੇ ਗਏ ਅਤੇ ਨਮਕ ਉਤਪਾਦਨ ਨੂੰ ਅਧਿਕਾਰ ਚ ਲੈ ਲਿਆ ਗਿਆ ਤਰਸਾਣਾ ਉੱਪਰ ਹਮਲੇ ਵਿੱਚ 299 ਵਲੰਟੀਅਰ ਜ਼ਖਮੀ ਹੋਏ ਪਰ ਇਸ ਦੇ ਬਾਵਜੂਦ ਪੁਲਿਸ ਦਾ ਅਤਿਆਚਾਰ ਲੋਕਾਂ ਦਾ ਮਨੋਬਲ ਤੋੜਨ ਵਿੱਚ ਅਸਫਲ ਰਿਹਾ ਪੁਲਿਸ ਨੇ ਕਲਕੱਤਾ ਮਦਰਾਸ ਅਤੇ ਕਰਾਚੀ ਵਿੱਚ ਗੋਲੀਆਂ ਚਲਾਈਆਂ ਅਤੇ ਪੂਰੇ ਦੇਸ਼ ਵਿੱਚ ਭਾਰਤੀਆਂ ਤੇ ਬੜੇ ਅਤਿਆਚਾਰ ਕੀਤੇ ਗਏ ਮਹਾਤਮਾ ਗਾਂਧੀ ਨੂੰ ਡਾਂਡੀ ਤੋਂ 3 ਮੀਲ ਦੂਰ ਕਰਾੜੀ ਵਿੱਚ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦ ਉਹ ਆਪਣੇ ਆਸ਼ਰਮ ਵਿੱਚ ਸੌ ਰਹੇ ਸਨ ਅੱਜ ਅਸੀਂ ਖਾਨਦੇਸ਼ ਮਹਾਰਾਸ਼ਟਰ ਦੇ ਵਸਨੀਕ ਸ਼ਹੀਦ ਬਾਬੂ ਜੀ ਦੋਨ ਸੇਗਰ ਨੂੰ ਵੀ ਯਾਦ ਕਰ ਰਹੇ ਹਾਂ 6 April 1858 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਬਾਬੂ ਜੀ ਖਾਨਦੇਸ਼ ਵਿੱਚ ਇੰਗਲਿਸ਼ ਈਸਟ ਇੰਡੀਆ ਕੰਪਨੀ ਵਿੱਚ ਸਿਪਾਹੀ ਸਨ ਪਰ ਉਹਨਾਂ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਨੌਕਰੀ ਛੱਡ ਦਿੱਤੀ ਅਤੇ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਉਹਨਾਂ ਨੇ ਆਪਣੇ ਗਵਾਂਡੀਆਂ ਦੀ ਮਾਲੀ ਮਦਦ ਵੀ ਕੀਤੀ। 6 April 1859 ਨੂੰ ਖਾਨ ਦੇਸ਼ 'ਚ ਇੱਕ ਸੰਘਰਸ਼ ਦੌਰਾਨ ਉਹ ਸ਼ਹੀਦ ਹੋ ਗਏ। ਸਵਦੇਸ਼ ਦੀ ਮਿੱਟੀ ਦੇ ਇਸ ਮਹਾਨ सपूत ਨੂੰ ਸਾਡਾ ਨਮਨ ਅੱਜ ਅਸੀਂ ਸ਼ਹੀਦ ਗੁਲਾਮ ਨਵੀ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੂੰ 6 April 1858 ਵਿੱਚ ਫਾਂਸੀ ਦੇ ਦਿੱਤੀ ਗਈ ਸੀ ਗੁਲਾਮ ਨਵੀ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਸੀ ਗੁਲਾਮ ਨਬੀ ਸ਼ੁਰੂ ਚ ਅੰਬਾਲਾ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਚ ਸਿਪਾਹੀ ਸਨ ਬਾਅਦ ਵਿੱਚ ਉਹ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਏ ਅਤੇ ਅਨੇਕਾਂ ਮੌਕਿਆਂ ਤੇ ਬ੍ਰਿਟਿਸ਼ ਸੈਨਾ ਦਾ ਮੁਕਾਬਲਾ ਕੀਤਾ ਬ੍ਰਿਟਿਸ਼ ਸੈਨਿਕਾ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਤੇ ਬਗਾਵਤ ਅਤੇ ਸੈਨਾ ਛੱਡ ਕੇ ਦੌੜਨ ਦਾ આરોਪ ਲਗਾਇਆ 6 April 1858 ਨੂੰ ਗੁਲਾਮ ਨਬੀ ਨੂੰ ਅੰਬਾਲਾ ਚ ਫਾਂਸੀ ਦੇ ਦਿੱਤੀ ਗਈ ਇਸ ਮਹਾਨ ਰਾਸ਼ਟਰਪ੍ਰਗਤ ਨੂੰ ਸਾਡਾ शत-शत ਨਮਨ